ਹਾਂ ਜੀ ਅਸਲਾਮ ਵਾਲੇਕਮ ਚਾਚੇ ਦਿਓ, ਕੀ ਹਾਲ ਹੈ? ਗੁੱਡ ਮਾਰਨਿੰਗ ਹੋ ਗਈ। ਤੁਹਾਨੂੰ ਪਤਾ ਰਾਤੀ ਅਤੇ ਤੈਅ ਤੁਹਾਨੂੰ ਰਾਈਡ ਕਰਕੇ ਅਤੇ ਇਸ਼ਾਰੇ ਤੋਂ ਸੁੱਤੇ ਆਏ, ਜਿੱਥੋਂ ਬਿਲਕੁਲ ਹੁਣ ਸਲਾਮ ਮਾਰ ਲੈਣ ਗੱਡੀਆਂ ਦੇ ਅਤੇ ਟੁਰਨ ਲੱਗੇ ਹਾਂ। ਟਾਈਮ 7 ਉਤੇ ਹੀ ਹੋ ਗਿਆ, 10-15 ਮਿੰਟ, ਅਤੇ 9 ਵਜੇ ਮੈਂ ਮੂੰਹ ਖੋਲ੍ਹਣਾ। 9 ਤੋਂ 12 ਵਾਲੇ ਵਿੱਚ ਇੰਸ਼ਾਅੱਲਾ ਇੰਟਰ ਹੋਵਾਂਗੇ, ਅਤੇ ਮੱਤਾ ਸ਼ਰਕੀਆ ਸਾਡਾ ਟਾਰਗੇਟ ਹੈ। ਅਤੇ ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ। ਜਿਹੜੇ ਚੈਨਲ 'ਤੇ ਨਵੇਂ, ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਲਵਿਆ। ਅਤੇ ਆ ਜੋ ਨਿਕਲੀ ਹੈ ਵਾਸ਼ ਵਾ, ਗੱਡੀ ਦੀ ਪ੍ਰੈਸ਼ਰ ਪੂਰਾ ਹੋ ਗਿਆ ਅਤੇ ਚੱਲ ਚੱਲ ਕਰਮਾਲਿਆ, ਚੱਲ 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 ਹੈ ਜਨਾਬ। ਸੇਲ ਸਗੀਰ ਜੇ, ਸੇਲ ਸਗੀਰ ਦੇਖਿਆ। ਰੋਡ ਕਾਫੀ ਹੱਦ ਤੱਕ ਬਿਹਤਰ ਹੋ ਗਿਆ ਹੈਗਾ, ਮੇਰਾ ਥੋੜ੍ਹਾ ਹੈ ਖਰਾਬ, ਲੇਕਿਨ ਕੁੱਕਰ ਹੀ ਛੜਿਆ ਨਾ ਵਾਹ ਲੱਗੇ ਤੇ ਬੜਾ ਬੈੜਾ ਏ। ਸੇਲ ਸਗੀਰ, ਤੁਸੀਂ ਹੋ ਸਕੇ ਤੇ ਗੱਡੀ ਯੈਲੋ ਲੈਣ ਤੋਂ ਇੱਕ ਟਾਇਰ ਬਾਹਰ ਤੇ ਇੱਕ ਅੰਦਰ ਵਾ, ਜਿਹੜੇ ਤੱਤੇ ਤੱਤੇ ਨੇ ਨਾ ਉਹ ਪਿੱਛੋਂ ਨਿਕਲ ਜਾਣ, ਤੱਤੇ ਬੰਦੇ ਨਿਕਲ ਜਾਣ, ਤੱਤਿਆਂ ਨੂੰ ਟੈਨਸ਼ਨ ਨਾ ਬਣੇ, ਬਾਕੀ ਆਰਾਮ ਸਕੂਨ ਨਾਲ। ਸਾਡਾ ਧੁੱਕੋ ਬਾਲ ਆਰਾਮ ਸਕੂਨ ਨਾਲ ਬਣਦਾ, ਕਿਉਂਕਿ ਲੋਡ ਏ ਬੜਾ ਅਜੀਬ ਜਿਹਾ, ਯਾਨੀ ਨਾਜ਼ੁਕ ਜਿਹਾ ਲੋਡ ਏ, ਲੰਮਾ ਫੀਤੇ ਜੋਲ ਸ਼ੋਲ ਹੀ ਮਾਰਦਾ ਇਸ ਵਜ੍ਹਾ ਤੋਂ। ਸਹੇਲ ਕਬੀਰ ਤੋਂ ਬਾਅਦ ਤਫਤੀਸ਼ ਆ ਗਈ ਮੱਕੇ ਵਾਲੀ, ਠੀਕ ਹੈ। ਉਹੀ ਤਾਂ ਗੈਰ ਮੁਸਲਮੀ ਨਾਲ ਵਿਟੋਰ ਚਾਹੀਦਾ, ਲੇਕਿਨ ਮੱਕੇ ਵੱਲ ਆਏ ਹਾਂ ਕਿਉਂਕਿ ਇੱਧਰ ਦਾਇਰੀ ਨਵੀਂ ਬਣੀ ਹੈ, ਰੋਡ ਸੌਖਾ ਬੰਦਾ ਲਾਗ ਜਾਂਦਾ। ਪਤਾ ਨਹੀਂ ਹੁਣ ਮੱਕੇ ਵਾਲੇ ਡੱਕਦੇ ਨੇ ਕਿ ਨਹੀਂ। ਰੋਜ਼ਿਆਂ ਵਿੱਚ ਤਾਂ ਸਾਨੂੰ ਡਾਕ ਲਿਆ ਨਾ, ਗੱਡੀਆਂ ਤੋਂ ਉਤਰੇ, ਉਹਨਾਂ ਆਖਿਆ ਨਾ ਪਿਛਾ ਮੁਆਓ, ਉਦੋਂ ਗੈਰ ਮੁਸਲਮੀ ਨਾਲ ਲਜਾਓ, ਆ ਜੋ ਵੇਹਨੇ ਆ ਕੀ ਕਰਦੇ ਨੇ। ਇਹ ਜਨਾਬ ਪਹਿਲੀ ਚੈੱਕ ਪੁਆਇੰਟ ਹੈ ਮੱਕੇ ਵਾਲੀ, ਤੁਸੀਂ ਇੱਧਰੋਂ ਤਾਇਫ ਵੱਲੋਂ ਆ ਰਹੇ ਹੋ ਤਾਂ ਪਹਿਲੀ ਚੈੱਕ ਪੁਆਇੰਟ ਹੈ ਮੱਕੇ ਵਾਲੀ ਆਵੇ ਦੀ। ਅਸੀਂ ਪਹੁੰਚ ਆਏ ਹਾਂ ਮੰਨਾ ਗਲਾਸ ਜਿੱਦਾ, ਤੁਸੀਂ ਮੇਰੇ ਆਦਤ ਦਸਤਾਨੇ ਵੇਖ ਲਓ, ਬੈਲਟ ਸ਼ੈਲਟ ਖੋਲ੍ਹੇ ਨੇ ਅਤੇ ਵੈਂਚ ਨਾਲ ਲਾਉਣ ਲੱਗੇ ਨੇ, 2 ਬੋਕਸ ਵੈਂਚ ਲੈ ਜਾਣੇ ਨੇ, ਬਾਕੀ ਜਨਾਬ ਇੱਥੇ ਲਾ ਛੱਡੇ ਨੇ, ਠੀਕ ਹੈ। ਮੇਰੀ ਗੱਡੀ ਪਹਿਲਾਂ ਲਵਾਈ ਨਾ, ਬਾਅਦ ਚਲੀ ਅਸਲ ਦੀ ਖੜ੍ਹੀ ਹੈ, ਫਿਰ ਅਗਲੀ ਤਰਤੀਬ ਵੇਹਨੇ ਹਾਂ, ਪਹਿਲਾਂ ਇੱਕ ਵਾਰੀ ਕਰਾ ਲਈਏ ਖਾਲੀ। ਇਹ ਚੱਲਿਆ ਜਲ ਪਹਿਲਾ ਬੁਕਸਾ, ਕਿੱਧਰ ਆਏਗਾ? ਮਾਸ਼ਾਅੱਲਾ ਸੋੜੀ ਜੀ ਜਗ੍ਹਾ ਪਰ ਜਵਾਨ ਨੇ ਫੇਰ ਹੀ ਛੱਡਿਆ। ਹੋ ਗਿਆ ਬਸ। ਐਨ ਸ਼ੀਸ਼ਨ ਪਾਉਂਦਾ ਕੜਾਚੂ ਸਾਈ,
ਦੋ ਬੋਕਸਾਂ ਦੀ ਦਸਤੀ ਤਲਬ ਆਈ ਹੈ ਵੈਂਚ ਦੇ ਉੱਤੇ ਲੱਦਣ ਲੱਗੇ ਨੇ, ਬਾਕੀ ਵੈਂਚ ਨੇ ਖਾਲੀ ਕਰਨੀ ਤੁਹਾਨੂੰ ਕਿਤੇ ਪਤਾ ਕਰੇਨ ਕੋਈ ਨਹੀਂ, ਲੇਕਿਨ ਬਾਕੀ ਇੱਥੇ ਲਾਉਣੀ ਨੇ ਠੀਕ ਹੈ। ਅੱਗੇ ਚਾਰ ਬਕਸੇ ਨੇ ਅਤੇ ਪਿੱਛੇ ਛੇ ਨੇ। ਅਸੀਂ ਜਨਾਬ ਇੱਕ ਗੱਡੀ ਖਾਲੀ ਕਰ ਛੱਡੀ ਹੈ ਮੇਰੇ ਵਾਲੀ ਅਤੇ ਉਹ ਸਾਹਮਣੇ ਵਾਲੀ ਇਸ ਨਾਲ ਖੜੀ ਹੈ, ਅਤੇ ਹੁਣ ਵਕਫਾ ਹੈ ਤਕਰੀਬਨ ਦੋ ਘੰਟੇ ਰੈਸਟ, ਅਤੇ ਉਸ ਤੋਂ ਬਾਅਦ ਜਨਾਬ ਇਨਸ਼ਾਅੱਲਾ ਅਲੀ ਇਸ ਨਾਲ ਵੀ ਗੱਡੀ ਖਾਲੀ ਕਰਨੀ ਹੈ, ਅਤੇ ਫਿਰ ਇਹਨਾਂ ਨਾ ਆਖਿਆ ਤਾਂ ਹੈ ਜੇ ਲੋਡ ਇੱਥੋਂ ਲੱਭ ਗਿਆ ਨਾ ਕਿਸੇ ਮਣੇ ਦਾ ਵੀ ਤਾਂ ਇਨਸ਼ਾਅੱਲਾ ਲੋਡ ਲਾ ਦੇਣਾ, ਕਿਉਂਕਿ ਜੰਬੋ ਗੱਡੀਆਂ ਬਤੇਰੀਆਂ ਖੜੀਆਂ ਨੇ ਉੱਥੇ ਜਾ ਖਲਾਉਣਾ ਹੀ ਪਾਉਣਾ ਠੀਕ ਹੈ। ਜਨਾਬ ਵੇਖੋ ਬਾਹਰ ਵਾਹਵਾ ਧੁੱਪੇ ਅਤੇ ਗਰਮੀ ਹੈ ਜਨਾਬ, ਜੱਦੇ ਵਿੱਚ ਬਹੁਤ ਜ਼ਿਆਦਾ ਗਰਮੀ, ਜਿੱਥੇ ਰਾਤੀ ਸੁੱਤੇ ਉੱਥੇ ਬੜਾ ਮੌਸਮ ਸੈੱਟ ਆਈ ਜੀ। ਤਾਂ ਜਨਾਬ ਅਲੀ ਹਸਨ ਦੀ ਵੀ ਗੱਡੀ ਖਾਲੀ ਹੋ ਗਈ ਹੈ, ਅਤੇ ਰੈਸਟ ਤੋਂ ਬਾਅਦ ਲੋਡ ਕਰਨ ਲੱਗੇ ਹਾਂ ਮਦੀਨੇ ਦਾ। ਜਵਾਨ ਆ ਜਾਣ ਮਦੀਨੇ ਦਾ ਲੋਡ ਲਾਦ ਲਓ, ਤੁਸੀਂ ਆਖਿਆ ਉੱਥੇ ਹੀ ਜਾਣਾ ਤਾਂ ਲਾਦ ਲੈਂਦੇ ਹਾਂ, ਕੋਈ ਮਸਲਾ ਸਹੀ ਹੈ। ਐਂ ਹੁਣ ਮਦੀਨੇ ਵਾਸਤੇ ਲੋਡ ਕਰਨ ਲੱਗੇ ਹਾਂ ਠੀਕ, ਜਾਣਾ ਉਂਝ ਵੀ ਜੰਬੋ ਹੈ ਅਤੇ ਮੈਂ ਕਿਹਾ ਮਦੀਨੇ ਦਾ ਲੋਡ ਲਾਦ ਲਵੀਆ ਦਿਨ ਲਾਦ ਲਓ, ਅਤੇ ਮੈਂ ਕਿਹਾ ਬਿਲਕੁਲ ਲਾਦ ਲਾਂ ਅਤੇ ਕਤਰਾ ਵੀ ਨਹੀਂ ਛੱਡਦੇ। ਵੇਖੋ ਲੋਡਿੰਗ ਹੋ ਰਹੀ ਹੈ, ਅਲੀ ਹਸਨ ਵੀ ਉੱਥੇ ਲੋਡ ਕਰਦਾ ਪਿਆ, ਅਤੇ ਅਸੀਂ ਇੱਥੋਂ ਪੇ ਕਰਨੇ ਹਾਂ ਜਨਾਬ ਗੱਡੀ ਲੋਡ ਕਰਾ ਰਹੇ ਹਾਂ, ਅਗਲੇ ਵਾਲੇ ਅਗਲੇ ਸਟੈਂਡ ਲੋਡ ਹੋ ਗਏ, ਬਾਕੀ ਬੈਕ ਸਾਈਡ ਵਾਲੇ ਹੁਣ ਕਰਨ ਲੱਗੇ ਠੀਕ ਹੈ। ਲੱਲ ਲੱਲ ਹੋਈ ਪਈ, ਰੌਲਾ ਪਿਆ ਪਿਆ, ਕੋਈ ਇੱਧੋ ਬੋਕਸ ਜਾਂਦੇ ਹੀ ਪਿਆ, ਕੋਈ ਇੱਧੇ ਪਿਆ ਜਾਂਦੇ ਹੀ, ਕੋਈ ਇੱਧੋ ਪਿਆ ਜਾਂਦੇ, ਤਰਪਾਲ ਹੀ ਤਾਂ ਕੋਈ ਨਹੀਂ ਪਾਣੀ ਦਿਲ ਖੋਲੀ ਠੀਕ ਹੈ। ਤ੍ਰੈ ਵੈਂਚ ਦੇ ਉੱਤੇ ਪਏ ਨੇ ਅਤੇ ਤ੍ਰੈ ਥੱਲੋ ਜਾਣੇ ਨਾ, ਛੇ ਪੂਰੇ ਕਰਕੇ। ਚਲੋ ਜੀ ਮਾਸਲਾਮ ਆ, ਲੋਡ ਕਰ ਲਈਏ ਅਤੇ ਫਿਰ ਕੱਢਦੇ ਹਾਂ ਬਾਹਰ। ਮੇਰੇ ਖਿਆਲ ਨਾਲ ਹੀ ਅਸਲ ਦੀ ਲੋਡ ਹੋ ਗਈ ਜੀ। ਇਹ ਜੇ ਮਿਰਰ ਗਲਾਸ ਦਿਸਣਾ ਪਿਆ ਵਿੱਚੋਂ ਮੈਂ ਕਿ ਨਹੀਂ, ਬਿਲਕੁਲ ਅਸੀਂ ਗੱਡੀਆਂ ਲੋਡ ਕਰਕੇ ਸਾਰਾ ਕੁਝ ਕਲੀਅਰ ਕਰਕੇ ਫਤੂਰਾ ਸ਼ਤੂਰਾ ਡਿਲੀਵਰੀ ਨੋਟ ਲੈ ਲਿਆ, ਤੁਹਾਨੂੰ ਬਿਲ ਯਾਨੀ ਨਿਕਲਣ ਲੱਗੇ ਹਾਂ ਮਦੀਨੇ ਹਾਲ ਠੀਕ ਹੈ। ਅਸੀਂ ਤੁਹਾਨੂੰ ਪਤਾ ਹੈ ਵਾ ਮਤੇ ਸ਼ਰਕੀਏ ਕੋਲ ਹਾਂ, ਅਤੇ ਇੱਥੋਂ ਮਦੀਨੇ ਰੋਡ 'ਤੇ ਕੋਈ ਨੋ ਐਂਟਰੀ ਨਹੀਂ, ਕੋਈ ਕੁਝ ਨਹੀਂ, ਅਤੇ 400 ਕਿਲੋਮੀਟਰ ਸਫ਼ਰ ਹੈ। ਵੇਖੋ ਅੱਲਾ ਪਾ ਖੈਰ ਕਰੇ ਕਿਤਨਾ ਹੁੰਦਾ ਹੈ, ਕੀ ਤਰੀਕਾ ਕਰ, ਇਨਸ਼ਾਅੱਲਾ ਤੁਸੀਂ ਵੀ ਨਾਲ ਹੋ ਅਤੇ ਸ਼ੇਅਰ ਕਰਦੇ ਰਹਾ ਸਾ ਤੁਹਾਡੇ ਨਾਲ। ਅਤੇ ਮੈਂ ਅੱਗੇ ਵੀ ਆਖਿਆ ਜਿਹੜੇ ਬੰਦੇ ਚੈਨਲ 'ਤੇ ਨਵੇਂ ਉਹਨੂੰ ਲਾਜ਼ਮੀ ਸਬਸਕ੍ਰਾਈਬ ਕਰਿਆ ਕਰੋ। ਦੋ ਗੱਡੀਆਂ ਸੀ ਉੱਥੋਂ ਲਦਾਖ ਗਈਆਂ ਅਤੇ ਦੋ ਦੇ ਇੱਥੋਂ ਹੋ ਗਿਆ, ਅੱਲਾ ਦਾ ਸ਼ੁਕਰ ਹੈ ਬਸ ਸੰਘ ਨਹੀਂ ਵੱਖਰਾ ਆਇਆ। ਅਤੇ ਇਨਸ਼ਾਅੱਲਾ ਚਲੀਏ ਮਦੀਨੇ, ਬਾਕੀ ਜੰਬੋ ਤੋਂ ਕੋਈ ਲੋੜ ਨਹੀਂ ਹੈ, ਛੇ ਗੱਡੀਆਂ ਉੱਥੇ ਖੜੀਆਂ ਨੇ ਅਤੇ ਸੇਮ ਉਂਝੇ ਦੀਆਂ ਖੜੀਆਂ ਨੇ ਉੱਥੇ ਉੱਥੇ ਹੀ। ਅੱਲਾ ਪਾ ਖੈਰ ਕਰੇ ਲੋਡ ਆ ਜਾਣ ਤੋਂ, ਉਸ ਤੋਂ ਬਾਅਦ ਹੀ ਜਾ ਕੇ ਸਾਡਾ ਵੀ ਨੰਬਰ ਆਉਣਾ ਠੀਕ ਹੈ। ਆ ਜਾਓ ਨਿਕਲਦੇ ਹਾਂ ਮਦੀਨੇ ਵੱਲ ਜੀ। ਤਾਂ ਜਵਾਨਾਂ ਅਸੀਂ ਲੱਦ ਕੇ ਗੱਡੀਆਂ ਅਤੇ ਅਗਾਂ ਮਦੀਨੇ ਰੋਡ 'ਤੇ ਆ ਗਏ ਹਾਂ। ਰੋਟੀ ਛੋਟੀ ਖਾਧੀ, ਸੁਬਹਾ ਨਾਸ਼ਤੇ ਕੀਤਾ ਅਤੇ ਉਸ ਤੋਂ ਬਾਅਦ ਕੰਪਨੀ ਵਿੱਚ ਕੋਈ ਨਹੀਂ ਕੁਛ ਹੈ ਖਾਧੀ, ਵਲਕਾ ਫੁਲਕਾ ਕੀਤਾ ਜੀ। ਅਤੇ ਹੁਣ ਭੁੱਖ ਬੜੀ ਡਾਢੀ ਲੱਗ ਗਈ, ਤੋਂ ਜਨਾਬ ਪਾਕਿਸਤਾਨੀ ਹੋਟਲ ਹੈ, ਇੱਥੋਂ ਖਾ ਲਈ ਰੋਟੀ ਮੈਂ ਵੀ ਠੀਕ ਹੈ। ਅਤੇ ਹੁਣ ਫਿਰ ਅਗਾਂ ਚਲਦੇ ਹਾਂ, ਅੱਲਾ ਖੈਰ ਕਰੇ, ਅੱਲਾ ਖੈਰ ਕਰੀਏ ਫਿਰ ਕਿਤੇ ਵੇਹਦੇ ਹਾਂ ਕਿੱਥੋਂ ਬੜੀ ਉਮੀਦ ਹੈ। ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹੇ, ਆ ਜਾਓ ਚਲੀਏ ਦੇਣੇ ਆ ਕਿੱਥੇ ਤੁਹਾਡੀ ਬੜੀਦਾ ਨੀਂਦਰ ਆਉਂਦੀ ਦਿਹਾੜੀ, ਸੁੱਤੇ ਕੋਈ ਨਹੀਂ, ਕੋਈ ਸੁੱਤੇ ਹੁੰਦੇ ਉਹਨਾਂ ਥੋੜ੍ਹਾ ਬਾਲਾ ਤਾਂ ਕੰਮ ਚੱਲ ਜਾਣਾ ਜੀ। ਚਲੋ ਜਿੱਥੇ ਆ ਗਏ ਕੋਈ ਨਹੀਂ, ਬਦੋਗਾ ਜੀ ਜਿੱਥੇ ਨੀਂਦਰ ਆਈ ਉੱਥੇ ਸਮਾਂ ਦੇ ਟੇਕ ਕੇ ਸਹੀ ਹੈ ਜੀ। ਜਵਾਨਾ ਉਹ ਤਾਂ ਸਫ਼ਰ ਸ਼ੁਰੂ ਹੈ, ਉੱਥੇ ਰੋਟੀ ਛੋਟੀ ਖਾ ਕੇ ਨਾ ਦੱਸੀ ਜਨਾਬ ਹੈਗਾ ਮਦੀਨੇ ਰੋਡ 'ਤੇ ਆ ਗਿਆ, ਕਿਉਂਕਿ ਪਹਿਲੋ ਰੋਡ ਹੈ ਜੰਬੋ ਵਾਲਾ ਮਦੀਨੇ ਵਾਲਾ ਇਕੱਠਾ ਹੈਗਾ, ਨੇੜੇ ਆ ਕੇ ਮਿਜ਼ਾਨ ਤੋਂ ਅਗਲੇ ਪਾਸੇ ਲੱਗ ਕੇ ਅਤੇ
ਮਦੀਨੇ ਵੱਲ ਅੜ ਜਾਂਦਾ ਰੋਡ, ਮੱਕੇ ਅਤੇ ਮਦੀਨੇ ਵੱਲ ਅਗਲੇ ਪਾਸੇ ਆ ਕੇ ਜਿਹੜਾ ਲੈਫਟ ਯਾਨੀ ਖੱਬਾ ਫੇਰ ਕੇ ਮਦੀਨੇ ਰੋਡ 'ਤੇ ਲਾ ਛੱਡਦਾ, ਜਿਹੜਾ ਜਿੱਦੇ ਤੋਂ ਮਦੀਨਾ ਰੋਡ ਜਾ ਰਿਹਾ ਜਾਂ ਮੱਕੇ ਤੋਂ ਮਦੀਨਾ ਰੋਡ ਜਾ ਰਿਹਾ, ਉਹ ਜਿਸ ਰੋਡ 'ਤੇ ਸੁਬਹ ਆਏ ਹਾਂ ਨਾ ਭਰੋਂ ਆਏ ਹਾਂ ਡਾਇਰੈਕਟ, ਅਸੀਂ ਫਿਰ ਕੁਬਰੀ ਬਰੀ ਮਾਨ ਦੇ ਉੱਤੇ ਚੜ੍ਹ ਗਏ, ਲੇਕਿਨ ਉੱਤੇ ਨਹੀਂ ਚੜ੍ਹਨਾ, ਜਿਹੜਾ ਰੋਡ ਸਿੱਧਾ ਪਿਆ ਹੁੰਦਾ ਉਸ ਰੋਡ 'ਤੇ ਆ ਕੇ ਜਨਾਬ ਫਿਰ ਰੋਡ ਚੜ੍ਹਦਾ, ਅਤੇ ਤਕਰੀਬਨ 250 ਵਾਲਾ ਬੋਰਡ ਲਾ ਗਿਆ, ਤਕਰੀਬਨ ਹੁਣ 240 ਵਾਲਾ ਬੋਰਡ ਆਉਣਾ, ਅਤੇ ਅਜੇ ਥੋੜ੍ਹੇ ਜਿਹੇ ਤਰੱਕੜੇ ਹਾਂ, ਅਲੱਬਾ ਖੈਰ ਰੱਖੇ, ਤਕਰੀਬਨ 100-150 ਹੋਰ ਕਰਾਂਗੇ, ਬਾਕੀ ਰਿਹਾ ਹੀ ਕੋਈ ਨਹੀਂ ਜਾਣਾ, ਠੀਕ ਹੈ। ਅਤੇ ਲੋਕੇਸ਼ਨ ਵਾਸਤੇ ਵਟਸਐਪ 'ਤੇ ਉਹਨਾਂ ਨੂੰ ਮੈਸੇਜ ਕਰ ਛੱਡਿਆ ਵਾ, ਲੋਕੇਸ਼ਨ ਸੈਂਡ ਕਰ ਛੱਡੋ, ਅੱਗੇ ਇੱਕ ਵਾਰੀ ਗਿਆ ਮੈਂ ਸੁਣਾਈ ਨਵੇਂ ਸੁਣਾਈਏ 'ਚ, ਲੇਕਿਨ ਫਿਰ ਵੀ ਲੋਕੇਸ਼ਨ ਹੋਵੇ ਬੰਦਾ ਪ੍ਰੋਪਰ ਰਾਤੀ ਖੱਜਲ ਨਹੀਂ ਹੁੰਦਾ, ਅਤੇ ਅੱਲਾ ਖੈਰ ਰੱਖੇ। ਆਵਾਜ਼ ਉਚਾਰੀਏ ਮੈਂ ਜਨਾਬ ਮਦੀਨਾ ਰੋਡ 'ਚ, ਸਾਡਾ ਸ਼ੀਸ਼ਾ ਵੀ ਇਤਨਾ ਗੰਦਾ ਹੋਇਆ, ਮੈਟ ਸ਼ੈਡ ਲਵਾਏ ਨੇ ਉਹ ਵੀ ਇੱਕ ਵਾਰੀ ਉਹ ਪਏ ਹੁੰਦੇ ਨੇ, ਦੁਬਾਰਾ ਉਹਨਾਂ ਨੂੰ ਇੱਕ ਵਾਰੀ ਸਰਵਿਸ ਸੁਰਵਿਸ ਕਰਾਉਣਾ ਚੰਗੇ ਦਬਾ ਕੇ ਨਾ ਸਰਫ ਸ਼ਰਫ ਮਾਰ ਕੇ ਧਵਾਉਣੇ ਆਉਣ, ਅਤੇ ਫਿਰ ਜਾ ਕੇ ਉਹਨਾਂ ਦਾ ਮੂੰਹ ਮੱਥਾ ਨਿਕਲਣਾ ਹੀ, ਉਹ ਵੀ ਕੋਈ ਨਹੀਂ ਕਰਾਇਆ। ਚਲੋ ਅੱਲਾ ਦਾ ਸ਼ੁਕਰ ਹੈ, ਜਿਤਨਾ ਚਿਰ ਬਾਰਡਰ 'ਤੇ ਕੋਈ ਤੁਹਾਡੇ ਫਸੇ ਰਹੇ ਹਾਂ ਉਤਨਾ ਰੱਬ ਨੇ ਹੱਥ ਵਧਿਆ, ਲੋਡ ਵੀ ਇੱਕ ਦੋ ਚੰਗੇ ਲਾਭ ਕੇ ਤੁਹਾਨੂੰ ਦੱਸਿਆ ਵਾ, ਉੱਥੇ ਮੰਨਾ 'ਚੋਂ ਲੋਡ ਕੀਤਾ, ਫਿਰ ਇੱਥੇ ਵੀ ਮੰਨਾ ਵਿੱਚੋਂ ਹੀ ਖਾਲੀ ਕੀਤਾ, ਤਾਂ ਉਹਨਾਂ ਨੇ ਆਖਿਆ ਲੋਡ ਹੈ, ਉਹਨਾਂ ਆਖਿਆ ਆਇਆ ਮਦੀਨੇ ਦਾ, ਮੈਂ ਕਿਹਾ ਉਸੇ ਡਾਇਰੈਕਸ਼ਨ 'ਤੇ ਜਾਣਾ ਕਿਉਂ ਨਾ ਕਰ ਲਿਆ ਜਾਏ, ਸਹੀ ਹੈ। ਇੱਥੇ ਜਨਾਬ ਅਸੀਂ ਵਾਦੀ ਸਿਤਾਰਾ ਕੋਲ ਆ ਗਏ ਹਾਂ, ਵਾਦੀ ਸਿਤਾਰਾ, ਠੀਕ ਹੈ, ਅਤੇ ਅਗਲੇ ਪਾਸੇ ਆਏ ਸ਼ੁਰਤਾ ਵੀ ਖੜ੍ਹੇ ਆ, ਮੈਂ ਵੇਖਿਆ ਵਾਦੀ ਸਿਤਾਰਾ, ਇੱਥੋਂ ਜਨਾਬ ਰਾਈਟ 23 ਨੰਬਰ ਐਗਜ਼ਿਟ ਹੈ, ਬਾਕੀ ਸਿੱਧਾ ਮਦੀਨਾ, ਅਤੇ ਆ ਜਾਓ ਚਲੀਏ। ਜਵਾਨ ਦੀ ਟੈਂਕੀ ਲੀਕ ਹੈ, ਡੀਜ਼ਲ ਵਾਲੀ ਜ਼ਿਆਦਾ, ਬ੍ਰੇਕ ਮਾਰ ਵੇਖੀਏ, ਬਗੈਰ ਤਰਪਾਲਾਂ ਤੋਂ ਆ ਜਨਾਬ ਸ਼ੀਸ਼ਾ ਜਾ ਰਿਹਾ, ਠੀਕ ਹੈ। ਹਾਂਜੀ ਕੋਈ ਨਹੀਂ ਲੀਕ ਆਈ, ਕੋਈ ਨਹੀਂ ਇਤਨਾ ਵਧੀਆ, ਟਾਈਮ ਨਾ ਜ਼ਾਇਆ ਕਰੀ, ਹੈ ਨੀਂਦਰ ਪਈ ਆਉਂਦੀ, ਮੁੜ ਸੌਣਾ ਵੀ ਇੱਕਦਾ ਜੀ, ਜਵਾਨ ਨੂੰ ਮੈਂ ਨਾ ਹੁਣ ਤਾਂ ਨਾ ਕਰੀਏ, 240 ਵਾਲਾ ਬੋਰਡ ਆ ਗਿਆ, ਤੁਹਾਨੂੰ ਦੱਸਿਆ ਨਾ ਜੀ ਆਉਣੇ ਵਾਲੇ 240 ਵਾਲਾ, ਚਲੀਏ ਉਹ ਪਾਣੀ ਦੇ ਦੇ ਜੀ, ਦੋ ਸੌ ਚਾਲੀ ਵਾਲਾ ਵੇਖੋ ਜਨਾਬ, ਬਗੈਰ ਤਰਪਾਲਾਂ ਤੋਂ ਆ ਜਨਾਬ ਲੋਡ ਜਾ ਰਿਹਾ, 240 ਮਦੀਨਾ ਰਹਿ ਗਿਆ ਜੀ, ਦੁਆ ਕਰਿਆ ਲੰਬਾ ਖੈਰੀ ਖਰੀਦੀ ਲੈ ਜਾਏ, ਕੋਟ ਰਾਈਡ ਲੈਣੀ ਆ, ਇੱਕ ਹੀ ਬੜਾ ਹੈ, ਹੁਣ ਖਰਾਬ ਹੋ ਜਾਂਦਾ ਹੈਗਾ, ਪਿੱਛਾ ਜਾਂਦਾ ਇੱਥੇ ਦਾਰ ਹੈ, 240 ਵਾਲਾ ਬੋਰਡ ਆ ਗਿਆ, ਅਲਹਮਦੁਲਿਲਾ ਅਸੀਂ ਪਹੁੰਚ ਆਏ ਜੇ ਮਦੀਨਾ, ਤਕਰੀਬਨ 20 ਕਿਲੋਮੀਟਰ ਰਹਿ ਗਿਆ, ਇੱਥੇ ਜਨਾਬ ਅਸੀਂ ਗੱਡੀਆਂ ਸਾਈਡ 'ਤੇ ਪਾਰਕ ਕਰ ਛੱਡੀਆਂ ਨੇ, ਠੀਕ ਹੈ, ਹੁਣ ਥੱਲੇ ਲੈ ਕੇ ਵੇਨੇ ਆ, ਜਿੱਥੋਂ ਪਤਾ ਉਹ ਪਾਣੀ ਲਿਆ ਸੀ ਨਾ ਅਤੇ ਟੈਂਕੀ ਚੈੱਕ ਕੀਤੀ ਜਾਈ, ਉਸ ਤੋਂ ਬਾਅਦ ਜਨਾਬ ਅਸੀਂ ਥੱਲੇ ਨਹੀਂ ਲੱਥੇ, ਵੇਹਦੇ ਆਏ ਹਾਂ, ਆਪਾਂ ਲਾਹਨੇ ਹਾਂ ਬਿਲਕੁਲ ਨਹੀਂ ਸਲੱਥੇ,
ਅੱਲਾ ਦੀ ਕਸਮ ਗਰਮ ਹੈ ਚੌਧਰੀ, ਤੇਰੇ ਥੋੜੇ ਗਰਮ ਨੇ ਅੱਲਾ, ਮੇਰੇ ਅੱਗੇ ਵੀ 6 ਬੋਕਸ ਨੇ, ਪਿੱਛੇ ਵੀ 6 ਬੋਕਸ ਨੇ। ਇਹ ਟਾਇਰ ਮੇਰੇ ਖਿਆਲ ਨਾਲ ਗਰਮ ਹੁੰਦਾ ਹੈ, ਇਹ ਜਿਹੜਾ ਵਹਿਦਾ ਨੇ ਪਿਆ, ਇਹਦੀ ਹਾਲਾਤ ਕੀ ਹੋਈ ਵੀ ਦੂਜਿਆਂ ਦੀ ਵੇਖੇ ਨਾ। ਬਿਲਕੁਲ ਮੇਨ ਰੋਡ ਦੇ ਨਾਲ ਹੀ ਗੱਡੀਆਂ ਅਸੀਂ ਖਿਲਾਰੀਆਂ ਨੇ, ਇਸ ਸਾਈਡ ਤੇ ਕੋਈ ਚੀਜ਼ ਨੀ, ਲੇਕਿਨ ਸੜਕ ਤੋਂ ਦੂਜੀ ਸਾਈਡ ਤੇ ਹੋਟਲ ਵੀ ਨੇ, ਬਰੋਸਟ ਵੀ ਏ, ਮਾਰਕੀਟ ਵੀ ਏ, ਬਕਾਲਾ ਵੀ ਏ, ਯਾਨੀ ਹਰ ਚੀਜ਼ ਅਵੇਲੇਬਲ ਹੈ। ਇਸ ਵਜ੍ਹਾ ਤੋਂ ਜਨਾਬ ਅਸੀਂ ਦੂਜੇ ਪਾਸੋਂ ਵੇਖਿਆ, ਮੈਂ ਕਿਹਾ ਸੁਬਹਾ ਇੱਥੋਂ ਨਾਸ਼ਤਾ ਨੁਸ਼ਤਾ ਕਰਕੇ ਤੇ ਇਨਸ਼ਾਅੱਲਾ 20-30 ਕਿਲੋਮੀਟਰ ਸਫ਼ਰ ਰਹਿ ਗਿਆ ਤੇ ਅਗਾਂਹ ਚੱਲਾਂਗੇ, ਕਿਉਂਕਿ ਸੁਨਾਈਏ ਵਿੱਚ ਕੋਈ ਪਤਾ ਨਹੀਂ, ਕੋਈ ਚੀਜ਼ ਲੱਭਦੀ ਏ ਕੋਈ ਚੀਜ਼ ਨਹੀਂ ਲੱਭਦੀ। ਦਿਲ ਜਾ ਤੇ ਨਾਸ਼ਤਾ ਨੁਸ਼ਤਾ ਨਾ ਹੋਵੇ ਫਿਰ ਪਤਾ ਕੰਮ ਖਰਾਬ ਹੋ ਜਾਂਦਾ। ਇਹ ਵੇਖਿਆ ਇਹ ਸੜਕੋ ਦੂਜੀ ਸਾਈਡ ਤੇ ਸਭ ਕੁਝ ਮੌਜੂਦ ਹੈ, ਪਿੱਛੋਂ ਉਹ ਪੈਟਰੋਲ ਪੰਪ ਏ, ਇਸ ਸਾਈਡ ਤੇ ਜਨਾਬ ਹੋਟਲ ਨੇ, ਬਰੋਸਟ ਏ, ਦੋ ਤਰੇ ਕਿਸਮ ਦੇ ਨੇ, ਬੁਖਾਰੀ ਵੀ ਏ, ਸਭ ਕੁਝ ਮੌਜੂਦ ਹੈ। ਤੇ ਸੜਕ ਤੋਂ ਸਾਈਡ ਤੇ ਗੱਡੀਆਂ ਬਾਹਰ ਵੀ ਸੇਫ ਏ, ਸੋਹਣਾ ਮੌਸਮ ਏ, ਸੋਹਣਾ ਠੀਕ ਏ, ਪੱਖਾ ਚਲਾਉਣ ਦੀ ਵੀ ਲੋੜ ਨਹੀਂ ਮੇਰੇ ਖਿਆਲ ਨਾਲ ਠੀਕ ਏ। ਇਹ ਜਨਾਬ ਲਾਰੀਆਂ ਪਹੁੰਚ ਰਹੀਆਂ ਸਮਾਨ ਤੇ ਵਾਲਵੋ ਠੀਕ ਏ, ਤੇ ਬਾਕੀ ਐਂਡ ਕਰਦੇ ਆਂ ਅੱਜ ਦੇ ਵਲੌਗ ਦਾ, ਇਨਸ਼ਾਅੱਲਾ ਸੁਬਹਾ ਨਵੀਂ ਵੀਡੀਓ ਨਵਾਂ ਵਲੌਗ ਠੀਕ ਏ। ਤੇ ਚੈਨਲ ਤੇ ਨਵੇਂ ਆਉਂਦੇ ਲਾਜ਼ਮੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ, ਤੇ ਜਿਹੜੇ ਆਪਣੀ ਕੋਈ ਗੱਲਬਾਤ ਜਿਹੜੀ ਹੋਵੇ, ਜਿਹੜੀ ਤੁਹਾਨੂੰ ਪਤਾ ਹੋਵੇ ਸਾਨੂੰ ਪਤਾ ਹੋਣੀ ਹੈ, ਉਹਦੇ ਬਾਰੇ ਵਿੱਚ ਇਨਸ਼ਾਅੱਲਾ ਲਾਜ਼ਮੀ। ਬਾਕੀ ਬੰਦੇ ਦੁਬਈ ਦਾ ਵੀਜ਼ਾ ਆ ਜਾਣ, ਅਜੇ ਤੁਹਾਡੀ ਦੁਬਈ ਦੇ ਵੀਜ਼ੇ ਓਪਨ ਨਹੀਂ ਹੋਏ ਠੀਕ ਹੈ। ਬਾਕੀ ਗੱਲ ਹੈ ਕਈ ਬੰਦਿਆਂ ਨੇ ਤੁਹਾਡੀ ਆਪਣੀ ਕੰਪਨੀ ਵਿੱਚ ਜਗ੍ਹਾ, ਮੈਂ ਕਿਹਾ ਵੀ ਕਈ ਵਾਰੀ ਦੱਸ ਚੁੱਕਿਆ ਬਸ ਹੀ ਤਕਰੀਬਨ ਆਈਏ, ਆਪ ਨਵੇਂ ਆ, ਕਿਸੇ ਦੇ ਗੋਚਰੀ ਯਾਨੀ ਕਿਸੇ ਦੇ ਪੁੱਪੀ ਦੇ ਪੁੱਤਰ ਨੇ ਅਤੇ ਉਹਨਾਂ ਦੇ ਅਰਬਾਬ ਨੇ, ਅਤੇ ਅੱਗੋਂ ਫਿਰ ਉਹਨਾਂ ਵੀਜ਼ਾ ਲਿਆ ਤਾਂ ਉਸ ਬਣੇ ਆ ਕੇ ਤਨਾਜ਼ੁਲ ਕਰਾਇਆ, ਇਹ ਤੁਹਾਡੀ ਆਪਣੇ ਪੈਰ ਲੱਗੇ ਅਤੇ ਫਿਰ ਕੋਈ ਅਸੀਂ ਦਾ ਇੰਤਜ਼ਾਮ ਕਰਾਂ। ਅਤੇ ਫਿਲਹਾਲ ਸਾਡੀ ਜਿਹੜੀ ਹੈ ਨਾ ਕੰਪਨੀ, ਉਹਦੇ ਵਿੱਚ ਤਕਰੀਬਨ ਬੰਦੇ ਪੂਰੇ ਨੇ, ਮੈਂ ਆਪ ਨਿੱਕੇ ਦਾ ਵੀਜ਼ਾ ਕਢਾਉਣਾ, ਅਤੇ ਇੱਕ ਤਾਂ ਵੀਜ਼ੇ ਬੰਦ ਨੇ ਠੀਕ ਹੈ, ਅਤੇ ਬਾਕੀ ਸਾਡੇ ਕਫੀਲ ਕੋਲ, ਅਰਬਾਬ ਕੋਲ ਬੰਦੇ ਪੂਰੇ ਨੇ ਕੰਪਨੀ ਵਿੱਚ ਠੀਕ ਹੈ। ਇਸ ਵਾਸਤੇ ਮਾਜ਼ਰਤ ਜੇ ਕੋਈ ਇਹਦਾ ਜੁਗਾੜ ਲੱਗਾ, ਕਿਸੇ ਬੰਦੇ ਨੂੰ ਕੋਈ ਚਾਹੀਦਾ ਹੋਇਆ ਡਰਾਈਵਰ, ਕਈ ਬੰਦਿਆਂ ਦੇ ਨੇ ਸਾਡੇ ਕੋਲ ਲਸੰਸ ਨੇ ਕੰਮ ਕੋਈ, ਅਸੀਂ ਫੁੱਲ ਕੋਸ਼ਿਸ਼ ਆਪਣੀ ਕਰਦੇ ਹਾਂ, ਹਰ ਬੰਦੇ ਨੂੰ ਦੱਸਿਆ ਵੀ ਹੈ, ਜੇ ਕੋਈ ਇਹਦੀ ਇਨਫੋਰਮੇਸ਼ਨ ਹੋਈ ਤਾਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ। ਇਨਸ਼ਾਅੱਲਾ ਮਿਲਦੇ ਹਾਂ ਸੁਬਹਾ, ਅੱਲਾ ਹਾਫਿਜ਼ ਪਾਕਿਸਤਾਨ, ਜ਼ਿੰਦਾਬਾਦ।